Mana yang nak kena?
ਪੁੱਤ ਸਿੱਖ ਲਾ, ਵੇਖ ਲਾ ਕਿਵੇਂ ਬਣਾਉਣਾ ਵਾ, ਸਿੱਖਣਾ ਨੀ ਤੇ ਫਿਰ ਵੇਖ ਕਿਵੇਂ ਬਣਾਉਣਾ ਵਾ। ਉਹੀ ਸੋਚ ਕੇ ਅੰਦਰ ਆਇਆ ਸੀ ਤੁਹਾਡਾ ਕੰਮ ਫਿਰ ਬੰਦ ਹੋ ਗਿਆ ਨਾ? ਨਹੀਂ ਨਹੀਂ ਕੋਈ ਚੀਜ਼ ਨਹੀਂ ਬੰਦ ਹੁੰਦੀ, ਸਿੱਖਣ ਬੁੱਤ ਸਿੱਖ ਕੁਛ ਵੀ ਕਰ ਸਕਦਾ ਤੂੰ, ਆਪਦੇ ਆਪ ਨੂੰ ਕਦੇ ਵੀ ਕਮਜ਼ੋਰ ਨਾ ਸਮਝੀ, ਖਾਸ ਕਰਕੇ ਜਦ ਤੂੰ ਮੇਰੇ ਨਾਲ ਰਹਿਣਾ। ਕਮਜ਼ੋਰ ਤਾਂ ਕਦੇ ਨਹੀਂ ਸਮਝਿਆ, ਜਿਹੜੇ ਉਸਤਾਦ ਇੰਨੇ ਕੰਮ ਨੇ ਉਸ ਚੀਜ਼ਾਂ ਦੇ ਹੱਲ ਕੱਢੇ ਜਿਹੜੇ ਅੱਜ ਕੱਲ੍ਹ ਕੋਈ ਕੱਢ ਹੀ ਨਹੀਂ ਸਕਿਆ। ਕੋਈ ਵੀ ਕੰਮ ਜਦੋਂ ਬੰਦਾ ਸਿੱਖਦਾ ਨਾ, ਪਹਿਲਾਂ ਉਹਨੂੰ ਵੇਖਦਾ ਵੇਖਦਾ ਰਹਿੰਦਾ ਵੇਖਦਾ ਰਹਿੰਦਾ, ਪਰ ਉਹਨੂੰ ਸਮਝ ਕੁਛ ਨਹੀਂ ਲੱਗਦਾ, ਠੀਕ ਆ। ਫਿਰ ਜਦੋਂ ਉਹਨੂੰ ਮੈਂ ਆਪਾਂ ਕਾਫੀ ਟਾਈਮ ਬਾਅਦ ਮਤਲਬ ਵੇਖਦੇ ਵੇਖਦੇ ਉਹਨੂੰ ਕੁਛ ਕੁ ਚੀਜ਼ਾਂ ਦਿਮਾਗ 'ਚ ਪੈਣ ਲੱਗ ਪੈਂਦੀਆਂ, ਆਪਾਂ ਨੂੰ ਪਤਾ ਨਹੀਂ, ਉਹਨੂੰ ਨਹੀਂ ਪਤਾ ਲੱਗਦਾ, ਪਰ ਉਹਦੇ ਦਿਮਾਗ 'ਚ ਪੈਣ ਲੱਗ ਪੈਂਦੀਆਂ ਨੇ ਚੀਜ਼ਾਂ, ਠੀਕ ਆ। ਤਾਂ ਉਦੋਂ ਬਾਅਦ ਹੌਲੀ 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 ਫਿਰ ਉਹਦੇ ਉਹਨੂੰ ਵੱਲ ਆ ਜਾਂਦਾ ਉਸ ਚੀਜ਼, ਕਾਹਲੀ ਨਹੀਂ ਕਰਨੀ, ਸਿੱਖਣੋਂ ਨਹੀਂ ਹਟਣਾ, ਸਿੱਖਦੇ ਰਹਿਣਾ ਅਤੇ ਵੱਲ ਆ ਜਾਊਗਾ, ਠੀਕ ਆ। ਉਹ ਕੋਈ ਚੱਕਰ ਨਹੀਂ, ਵੱਲ ਆ ਜਾਂਦਾ ਹੁੰਦਾ ਬੰਦੇ ਨੂੰ।
ਇੱਥੇ ਸੀ ਪਿਆ ਸੀ ਚੱਕੀ ਥੱਲੋਂ ਚਿਮਟੀ ਡਿੱਗੀ ਆ ਚਿਮਟੀ ਪੁੱਤ ਚਿਮਟੀ
ਜੋਗੀ ਤੇ ਜੋਨੀ ਦੇ ਵਿੱਚ ਕੋਈ ਬਹੁਤਾ ਫਰਕ ਤਾਂ ਨਹੀਂ ਗਿਆ ਹਨਾ, ਨਾ ਵੀ ਸੇਮ ਜੀ ਹਨਾ, ਜੋਗੀ ਤੇ ਜੋਨੀ ਤੈਨੂੰ ਤਾਂ ਦੁੱਖ ਹੋ ਰਿਹਾ ਤੈਨੂੰ ਜੋਗੀ ਪਸੰਦ ਤੈਨੂੰ ਜੋਗੀ ਪਸੰਦ ਲੱਗਦਾ ਕਰਾਂ ਰਿਸ਼ਤੇ ਦੀ ਗੱਲ ਪੁੱਤ ਕਰਾਂ ਮੈਂ ਰਿਸ਼ਤੇ ਦੀ ਗੱਲ ਜੇ ਤੈਨੂੰ ਜੋਗੀ ਪਸੰਦ ਆ ਨਾ ਮੁੰਡਾ ਮੁੰਡੇ ਨਾਲ ਪਾਉਂਦਾ ਯਾਰੀਆਂ ਫਿਰ ਦੀਪੂ ਵੀ ਪਾਊਗਾ ਮੁੰਡੇ ਨਾਲ ਯਾਰੀਆਂ ਤੂੰ ਵੀ ਦੂਜਾ ਵਿਆਹ ਕਰਾ ਲਾ ਦੂਜਾ ਵਿਆਹ ਕਰਾ ਲਾ ਤੂੰ ਮੁੰਡੇ ਨਾਲ ਯਾਰੀ ਪਾ ਕੇ ਸੁੱਖ ਹੁੰਦਾ ਵੀਰੇ ਮੈਨੂੰ ਤੇਰੇ ਤੇ ਡਾਊਟ ਸੀ ਪੁੱਤ ਪਰ ਅੱਜ ਯਕੀਨ ਹੋ ਗਿਆ ਹੈ ਯਾਰੀ ਪਾ ਕੇ ਬਹੁਤ ਖੁਸ਼ੀ ਗੋਂਦਾ ਬੰਦਾ ਮੁੰਡੇ ਨਾਲ ਯਾਰੀ ਪਾ ਕੇ ਵਾਹਵਾ ਕੁਛ ਮਿਲ ਜਾਂਦਾ ਯਾਰੀ ਉਹਨਾਂ ਨਾਲ ਲਾਈਦੀ ਆ ਜਿਹੜੀ ਯਾਰੀ ਦੇ ਲਾਈਕ ਹੋਣ ਕਿਆ ਬਾਤ ਹੈ ਤੇਰੇ ਵਿਚਾਰ ਬਹੁਤ ਉੱਚੇ ਆ ਕੁੜੀ ਨਾਲ ਯਾਰੀ ਪਾ ਕੇ ਕੁਛ ਨਹੀਂ ਮਿਲਦਾ ਸਭ ਬੰਦਾ ਗਵਾਉਂਦਾ ਭਾਈ ਤੂੰ ਬੱਚਾ ਪੁੱਤ ਤਾਂ ਨੀ ਤੈਨੂੰ ਪਤਾ ਜੀ ਬੰਦੇ ਨਾਲ ਯਾਰੀ ਸਾਰੀ ਲਾਈਫ ਕੁਛ ਚਾਹੀਦਾ ਮੁੰਡਾ ਮੁੰਡੇ ਨਾਲ ਰੋਂਦਾ ਵੇਖਿਆ ਮੈਂ ਬੰਦਾ ਦੋਸਤਾਂ ਨਾਲ ਲੜਦਾ ਵੇਖਿਆ ਬੰਦਾ ਜੇ ਕੁੜੀ ਪਿੱਛੇ ਕਿਉਂਕਿ ਜੇ ਫੋਨ ਆਉਂਦਾ ਮੈਂ ਨਾ ਫੋਨ ਕਰੇ ਗੱਲ ਕਰ ਬੰਦਾ ਬੁਲਾਵੇ ਰੱਖੀ ਦੋ ਮਿੰਟ ਗੱਲ ਕਰੀ ਸੀਕਰੇਟ ਕਰੇ ਨਾ ਰਾਜਵੀਰ ਵਰਗਾ ਕਿਉਂ ਬਣਨਾ ਚਾਹੁੰਦਾ ਤੂੰ ਉਹ ਮੈਨੂੰ ਕਿਤੇ ਵੀ ਡਾਊਟ ਸੀ ਕੁੜੀਆਂ ਬਹੁਤ ਛੇੜੀਆਂ ਉਹਨੇ ਕਾਲਜ ਦੇ ਵਿੱਚ ਐ ਨੀ ਡਾਊਟ ਤੈਨੂੰ ਹੁਣ ਮੈਂ ਉਹਦੇ ਕੀ ਭੇਦ ਖੋਲਣੇ ਹੁਣ ਖੁਲਵਾਏ ਜਾਂ ਤੂੰ ਮੂੰਹ ਮੇਰੇ ਨਹੀਂ ਨਹੀਂ ਵੀਰੇ ਉਦੋਂ ਕਾਲਜ ਟਾਈਮ ਚੱਲ ਹੋਊਗਾ ਜਿਵੇਂ ਮਰਜ਼ੀ ਹੁਣ ਇਸ ਟਾਈਮ ਨਾ ਭੋਰਾ ਵੀ ਨਹੀਂ ਵੇਖਿਆ ਪੁੱਤ ਉਹਦੀ ਉਮਰ ਹੋ ਗਈ ਹੁਣ ਸਾਰਾ ਕੁਛ ਵੇਖ ਚੁੱਕਿਆ ਹੈਗਾ ਮੱਛੀ ਪੱਤਿਆਂ ਚੱਟ ਕੇ ਮੁੜ ਚੁੱਕੀ ਹੈ ਤੂੰ ਚੱਟ ਚੁੱਟ ਕੇ ਲੈ ਲੂ ਕੇ ਲਾ ਕੇ ਬੈਠਾ ਰਾਮ ਨਾਲ ਸਾਰੇ ਵੀਰੇ ਮੇਰੇ ਵਰਗੇ ਨਹੀਂ ਹੁੰਦੇ ਗੇ ਸਿਆਣੇ ਸਾਰੇ ਤੁਹਾਡੇ ਵਰਗੇ ਨਹੀਂ ਹੁੰਦੇ ਲੁੱਚੇ ਉੱਚੇ ਚਾਰ ਵਾਲੇ ਸਾਰੇ ਨਹੀਂ ਹੁੰਦੇ ਵੀਰੇ ਚੱਲ ਉਹਨਾਂ ਦੀ ਉਮਰ ਕੱਟ ਕੇ ਵਾਪਸ ਆ ਗਏ ਆ ਹੈਂ
ਜਿਸ ਟਾਈਮ ਤੇ ਮੈਂ ਉਹਨਾਂ ਨੂੰ ਹੁਣ ਵੇਖ ਰਿਹਾ ਮੈਂ ਉਸ ਟਾਈਮ ਦਾ ਬੰਦਾ ਚਾਹੁੰਦਾ ਮੈਂ ਇਸ ਟਾਈਮ ਦੇ ਵਿੱਚ ਜਿਹੜੀ ਉਮਰ ਚ ਉਹ ਆ ਉਹੀ ਉਮਰ ਤੇਰਾ ਮੇਰੇ ਕੋਲੇ ਲੱਗਣ ਦਾ ਕੋਈ ਫਾਇਦਾ ਨਹੀਂ ਗਾ ਫਿਰ ਤੂੰ ਉਹਦੇ ਕੋਲੇ ਜਾਇਆ ਕਰ ਮੇਰੇ ਕੋਲੇ ਨਾ ਆਇਆ ਕਰ ਕਿਵੇਂ ਕਿਉਂਕਿ ਇਨਸਾਨ ਪੁੱਤ ਜਿਹਦੇ ਕੋਲੇ ਰਹਿੰਦਾ ਜਿਹਦੇ ਕੋਲ ਕੁਛ ਕਰਦਾ ਉਹਦੇ ਗੁਣ ਉਹ ਚਾਹੁੰਦੇ ਆ ਜਾਂ ਤਾਂ ਤੂੰ ਉਹਦੇ ਵਰਗਾ ਬਣਨਾ ਚਾਹੁੰਦਾ ਫਿਰ ਤੂੰ ਉਹਦੇ ਕੋਲੇ ਜਾ ਬਣਨਾ ਉਹਦੇ ਵਰਗੇ ਪਰ ਬਿਹੇਵੀਅਰ ਚ ਬਿਹੇਵੀਅਰ ਕਹੀ ਨਾ ਵੀਰੇ ਅੱਛਾ ਬਿਹੇਵੀਅਰ ਚ ਕਹੀ ਨਾ ਐ ਨਹੀਂ ਯਾਰ ਮੈਂ ਦੇਖੋ ਉਮਰ ਉਹਨਾਂ ਦੀ ਵੀ ਹੋ ਗਈ ਤੇ ਉਮਰ ਤੁਹਾਡੀ ਵੀ ਹੋ ਗਈ ਆ ਨਾ ਉਹਨਾਂ ਦਾ ਵਿਆਹ ਨਾ ਤੁਹਾਡਾ ਹੋਇਆ ਜਿਹੜੀ ਉਮਰ ਉਹਨਾਂ ਦੀ ਆ ਉਹ ਤੁਹਾਡੇ ਨਾਲ ਹੀ ਪੜੇ ਆ ਤੇਰੀ ਉਹ ਭੈਣ ਦੀ ਦੀਦੀ ਦੀ ਹਜੇ ਵੀ ਤੁਸੀਂ ਮਤਲਬ ਉਹ ਆ ਬੁੱਢਾ ਜਿੱਡਾ ਮਰਜ਼ੀ ਸ਼ੇਰ ਜਿੱਡਾ ਮਰਜ਼ੀ ਬੁੱਢਾ ਹੋ ਜਾਵੇ ਪਰ ਸ਼ਿਕਾਰ ਕਰਨਾ ਕਰਨੀ ਪਾਉਂਦਾ ਉਹ ਗੱਲ ਵੀਰਾ ਸ਼ਿਕਾਰ ਕਰਨਾ ਨਹੀਂ ਛੱਡਿਆ ਕਰਨਾ ਨਹੀਂ ਭੁੱਲਿਆ ਕਰਦਾ ਨਹੀਂ ਸ਼ਿਕਾਰ ਉਹ ਸੁੱਕਾ ਚਾਰਾ ਖਾ ਕੇ ਸਵਾ ਜਿੱਡਾ ਪਾਲਦਾ ਉਹੋ ਜਿਹਾ ਸ਼ੇਰ ਬਣਨਾ ਪਤੰਦਰਾ ਸਾਰਾ ਕੁਛ ਕਰ ਚੁੱਕਿਆ ਹੁਣ ਮੈਥੋਂ ਗਾਲਾਂ ਲਏਗਾ ਮੈਂ ਗੰਦੀਆਂ ਚੱਲ ਤੁਹਾਡੀ ਮਰਜ਼ੀ ਬਹੁਤ ਸ਼ਰੀਫ ਸੀਗਾ ਗੰਦਾ ਤਾਂ ਮੈਂ ਹੁਣ ਬਣਾਇਆ ਤੇ ਜਾ ਕੇ ਮੈਨੂੰ ਗੰਦਾ ਦੋ ਤਿੰਨ ਬੰਦਿਆਂ ਨੇ ਬਣਾਇਆ ਹੈਗਾ ਇੱਕ ਤਾਂ ਕੁਲਦੀਪ ਹੋ ਗਿਆ ਜਿਹੜਾ ਉਹ ਦਿਨ ਉਹ ਕੂਲਰ ਹਾਂ ਤੇ ਇਹ ਕਿੱਥੇ ਟੱਕਰ ਗਿਆ ਇੱਕ ਦੋ ਬੰਦੇ ਹੋਰ ਲੱਗੇ ਹੁੰਦੇ ਸੀ ਮੇਰੇ ਕੋਲ ਸ਼ੋਰ ਜੀ ਉਹ ਬਣਾ ਕੇ ਬਸ ਇਹ ਤਾਂ ਜਿੰਨਾ ਮੈਂ ਸ਼ਰੀਫ ਸੀ ਉਹਨਾਂ ਦਾ ਕੋਈ ਹੈ ਨਹੀਂ ਗਾ ਕਾਮਯਾਬੀ ਪਿੱਛੇ ਕੁੜੀ ਦਾ ਹੱਥ ਹੁੰਦਾ ਉਹ ਕਹਿੰਦਾ ਉਹ ਕਹਿੰਦੇ ਨੀ ਕਹਾਣੀ ਨੀ ਸੁਣੀ ਕਹਿੰਦੇ ਪਹਿਲਾਂ ਜੋ ਚੀਜ਼ ਚਾਹੀਦੀ ਹੈ ਤੁਹਾਡੇ ਕਦਮ ਚੁੰਮੂਗੀ ਤੁਸੀਂ ਜੋ ਬਣਨਾ ਉਹ ਸੋਚੋ ਤੁਸੀਂ ਜੋ ਬਣਨਾ ਉਹ ਕਰੋ ਕਾਮਯਾਬੀ ਤੁਹਾਡੇ ਕਦਮ ਚੁੰਮੂਗੀ ਫਿਲਮ ਵੀ ਬਣੀ ਸੀ ਇਸ 'ਤੇ ਕਿਹੜੀ ਨਾਮ ਨਹੀਂ ਚੇਤੇ ਦੇਖੀ ਆ ਮੈਂ ਉਹ ਬੰਦਾ ਹੁੰਦਾ ਕੁੜੀ ਨੂੰ ਪਿਆਰ ਕਰਦਾ ਹੁੰਦਾ ਅਤੇ ਉਹ ਕਹਿੰਦੀ ਪੈਸਾ ਆਉਂਦੇ ਤੇਰੇ ਕੋਲ ਆਹ ਹੋਵੇ ਉਹ ਸ਼ੋਹਰਤ ਉਹ ਨਹੀਂ ਕਹਿੰਦੇ ਨਹੀਂ ਘਰਦੇ ਕਹਿੰਦੇ ਹੁੰਦੇ ਆ ਕਹਿੰਦੇ ਛੱਡਦੇ ਉਹ ਬਹਾਨਾ ਲੱਭਦੀ ਹੁੰਦੀ ਆ ਉਹ ਕਹਿੰਦੀ ਆਹ ਕਹਿੰਦੀ ਜੇ ਪੈਸਾ ਕਮਾ ਲਿਆ ਨਾਮ ਕਮਾ ਲੈਂਦਾ ਇੱਜ਼ਤ ਕਮਾ ਲੈਂਦਾ ਪਤਾ ਨਹੀਂ ਦੁਨੀਆਂ 'ਚ ਕੀ ਬਣਦਾ ਹੁੰਦਾ ਸਭ ਕੁਛ ਹੁੰਦਾ ਉਹਦੇ ਕੋਲ ਫਿਲਮਾਂ 'ਚ ਵੀ ਮਤਲਬ ਖਬਰਾਂ 'ਚ ਆਉਣ ਲੱਗ ਜਾਂਦਾ ਹੁੰਦਾ ਐਡਾ ਵੱਡਾ ਔਰ ਕਾਰ ਲੈ ਕੇ ਜੇ ਲਾਉਂਦਾ ਨਾ ਉਹਦੇ ਕੋਲ ਪੈਸਾ ਨਹੀਂ ਹੁੰਦਾ ਪਹਿਲਾਂ ਤੁਰ ਕੇ ਲਾਉਂਦਾ ਹੁੰਦਾ ਸੀ ਇਹ ਟ੍ਰਾਂਸਫਾਰਮਰ ਕੱਢਿਆ ਸੀ ਚੱਕੀ ਤੋਂ ਇਹ ਚੋਂ ਖੋਲ੍ਹ ਕੇ ਦੀ ਮੈਨੂੰ ਇੱਕ ਹੋਰ ਦੋ ਬਣਾਉਣੇ ਕਿ ਤਿੰਨ ਇੱਕ ਹੀ ਬਣਾਉਣਾ ਪੁੱਤ ਤਾਂ ਟ੍ਰਾਂਸਫਾਰਮਰ ਆ ਕੱਢਦੇ ਬਾਹਰ ਕੱਢਿਆ ਕੱਢਦਾ ਕੱਤਾ ਦੋ ਬਣਾਤੇ ਤੁਸੀਂ ਆਹ ਹੈ ਸੈਂਸਰ ਹੈ ਦੋ ਬਣਾਤੇ ਹੋਰ ਕਿੰਨੇ ਬਣਾਉਣੇ ਆ ਤੇ ਦੋ ਹੀ ਬਣਾਉਣੇ ਆ ਵਕਤ ਬਹੁਤ ਤਾਕਤਵਰ ਚੀਜ਼ ਆ ਸਹੀ ਗੱਲ ਆ ਟਾਈਮ ਕੁਛ ਵੀ ਕਰਾ ਸਕਦਾ ਬੰਦੇ ਦਾ ਸਮਾਂ ਹੈ ਸਮਾਂ ਮਦਦ ਕੁਛ ਵੀ ਕਰਾ ਸਕਦਾ ਹਾਲਾਤ ਬੰਦੇ ਦੇ ਰਾਜਵੀਰ ਤੁਹਾਡੇ ਸੀਨੀਅਰ ਸੀ ਨਾ ਪੜ੍ਹਦੇ ਹੁੰਦੇ ਸੀ ਸਕੂਲ 'ਚ ਉਹਨਾਂ ਨੇ ਦੇਖ ਲਓ ਪੜ੍ਹਾਈ ਵੱਲ ਫੋਕਸ ਦਿੱਤਾ ਦਿਨ ਦਿਨ ਮੈਂ ਵੇਖਿਆ ਪੂਰਾ ਪੂਰਾ ਦਿਨ ਨਾ ਮੈਥ 'ਚ ਡੁੱਬਦੇ ਰਹਿੰਦੇ ਸੀ ਇੰਗਲਿਸ਼ ਮੈਥ ਅਤੇ ਅੱਜ ਆਪਦੀ ਅਕੈਡਮੀ ਪਾ ਲਈ ਚਲ ਚਾਰ ਪੈਸੇ ਆਉਂਦੇ ਕੋਲ ਪਾ ਲਈ ਪਰ ਪਾਈ ਕਿਵੇਂ ਉਹਨੂੰ
ਆਉਂਦੀ ਆ ਹਰ ਮੈਥ ਹੁੰਦਾ ਉਹਨੂੰ ਹਰ ਮੈਥ ਦਾ ਤਾਂ ਇਹ ਤਾਂ ਪਾਈ ਆ ਤਾਂ ਇਹਦਾ 50 ਜਣਿਆਂ ਦੀ ਪੋਸਟਾਂ ਕੱਢੀ ਨੇ ਭੇਜੀ ਜਾਂਦੇ ਆਪਾਂ ਦਵਾਈ ਦਾ ਜੋਬਾਂ ਔਰ ਤੁਸੀਂ ਇੰਨਾ ਤਾਂ ਸਟੱਡੀ ਕੀਤੀ ਮਤਲਬ ਇੰਨਾ ਤਾਂ ਪੜ੍ਹੇ ਜੋਬ ਵੀ ਤੁਹਾਨੂੰ ਵਧੀਆ ਮਿਲ ਸਕਦੀ ਹੈ ਬੈਠੇ ਬਿਠਾਏ ਇਹਦੇ 'ਤੇ ਵੀ ਮਿਲ ਸਕਦੀ ਹੈ ਅਤੇ ਉਹਦੇ 'ਤੇ ਵੀ ਮਿਲ ਸਕਦੀ ਜਿਹੜਾ ਤੁਸੀਂ ਪੜ੍ਹੇ ਪੜ੍ਹਾਈ ਤੁਸੀਂ ਆਪ ਛੱਡੀ ਪਰ ਛੱਡੀ ਨਹੀਂ ਤੁਹਾਡੇ ਮਤਲਬ ਮੈਂ ਜੋਬ ਲੈਣੀ ਨਹੀਂ ਕਿਉਂ ਪੁੱਤ ਜੋਬ ਦੇਣ ਵਾਲੇ ਬਣਨਾ ਆਪਾਂ ਜੋਬ ਲੈਣ ਵਾਲੇ ਨਹੀਂ ਬਣਨਾ ਜੇ ਜੋਬ ਕਰਨੀ ਹੁੰਦੀ ਮੈਂ ਤਾਂ ਕਹੋ ਤਾਂ ਕਰ ਲੈਂਦਾ ਮੈਨੂੰ ਤਾਂ ਬਹੁਤ ਆਫਰ ਆਈਆਂ ਪਰ ਕੀਤੀ ਨਹੀਂ ਮੇਰਾ ਤਾਂ ਟੈਸਟ ਵੀ ਕਲੀਅਰ ਹੋ ਗਿਆ ਸੀਗਾ ਬਟ ਉਹਦਾ ਸੀਗਾ ਆਪਣਾ ਕਿਹੜਾ ਸੀਗਾ ਉਹ ਯਾਰ ਕਲਰਕ ਦਾ ਨਹੀਂ ਗਿਆ ਕਰਨੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਕਲਰਕ ਲੱਗ ਜਾਂਦਾ ਅਗਲਾ ਕਹਿੰਦਾ ਕਲਰਕ ਲੱਗਦਿਆਂ ਭੈਣ ਜੀ ਪਰ ਮੇਰਾ ਜਿਹੜਾ ਗੋਲ ਆ ਨਾ ਮੈਨੂੰ ਸੌਣ ਨਹੀਂ ਦਿੰਦਾ ਰਾਤ ਨੂੰ ਮੈਨੂੰ ਅਜੇ ਤੱਕ ਤੁਹਾਡਾ ਗੋਲ ਨਹੀਂ ਪਤਾ ਲੱਗਿਆ ਜੋ ਤੇਰਾ ਉਹੀ ਮੇਰਾ ਅੱਛਾ ਦੁਨੀਆਂ 'ਤੇ ਕੁਛ ਵੱਖਰਾ ਕਰਨਾ ਸਾਇੰਸ ਦੇ ਫੀਲਡ ਦੇ ਵਿੱਚ ਕੁਛ ਵੱਖਰਾ ਕਰਨਾ ਜੋ ਲੋਕ ਕਹਿਣ ਵਾ ਬਈ ਵਾਹ ਕਿਆ ਬਾਤ ਹੈ ਇੰਨਾ ਦਿਮਾਗ ਮੇਰੀ ਲਾਈਨ ਹੋਰ ਆ ਫਿਲੋਸਫੀ ਕਰ ਰਿਹਾ ਮੈਂ ਅਗਲੇ ਕਹਿਣਗੇ ਇੱਕ ਉਹ ਬੰਦਾ ਜਿਹਨੂੰ ਸਾਇੰਸ ਦੀ ਫੀਲਡ ਨਹੀਂ ਹੈਗੀ ਜਿਹੜੇ ਬੰਦੇ ਦੀ ਇੰਨੇ ਤਗੜੇ ਤਗੜਾ ਕੁਛ ਕਰ ਗਿਆ ਤਾਂ ਅਸੀਂ ਕੀ ਕੁਛ ਕਰ ਸਕਦੇ ਹਾਂ ਮੈਂ ਉਦਾਹਰਣ ਬਣਨਾ ਚਾਹੁੰਦਾ ਇੱਕ ਤੇ ਪੁੱਤ ਤੂੰ ਵੀ ਇੱਕ ਉਦਾਹਰਣ ਬਣਨਾ ਇਹ ਥਾਪੀ ਦਿੱਤੀ ਹੈ ਤੈਨੂੰ ਚਪੇੜਾ ਨਹੀਂ ਮਾਰਿਆ ਇਹੋ ਜਿਹੀ ਥਾਪੀਆਂ ਨਾ ਹੀ ਦਿਆ ਕਰੋ ਆਰਾਮ ਨਾਲ ਦੇ ਦਿਆ ਕਰੋ ਥਾਪੀ ਥਾਪੀ ਦੇਣੀ ਕਿ ਥੱਪੜ ਦੇਣਾ ਇਹਦੇ ਤਾਰ ਤੇ ਕੁਛ ਚੜਾਈਏ ਵੇ ਕਿਉਂਕਿ ਤਾਰ ਮੇਰੀ ਮਾਂ ਕਹਿੰਦੀ ਸੀਗੀ ਕਿ ਮੇਰੇ ਮੁੰਡੇ ਕੁਛ ਵੱਖਰਾ ਕੰਮ ਕਰਨਗੇ ਤੂੰ ਦੁਨੀਆਂ ਦਾ ਨਾਂ ਰੋਸ਼ਨ ਕਰਨਗੇ ਸਾਰੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਜਦੋਂ ਅਸੀਂ ਛੋਟੇ ਸੀਗੇ ਤੇ ਵੱਡੇ ਦੋਵਾਂ ਨੇ ਕੁਛ ਨਹੀਂ ਕੀਤਾ ਗਾ ਉਹਨਾਂ ਨੇ ਬਦਨਾਮ ਹੀ ਕੀਤਾ ਹੋਣਾ ਪੂਰਾ ਵੱਖਰਾ ਕੰਮ ਹੋਰ ਤਾਂ ਕੁਛ ਨਹੀਂ ਕੀਤਾ ਪਰ ਮੈਂ ਸੋਚਿਆ ਮੈਂ ਕਿਹਾ ਨਹੀਂ ਯਾਰ ਆਪਾਂ ਮੈਂ ਕਰਕੇ ਵਿਖਾਊਂਗਾ ਤੇ ਤੂੰ ਵੀ ਕਰਕੇ ਵਿਖਾਉਣਾ ਦੀ ਤੂੰ ਕੁਛ ਜਿੱਥੇ ਕਹਿਣਗੇ ਉੱਥੇ ਖੜ ਜੂੰਗਾ ਜਿੱਥੇ ਕਹਿਣਗੇ ਉੱਥੇ ਬਹਿ ਜੂੰਗਾ ਉਹਨਾਂ ਉੱਥੇ ਗੱਲ ਕਹਿੰਦੀ ਹੈ ਉਹਨਾਂ ਲਵਾਇਆ ਨਹੀਂ ਆਉਂਦਾ ਹੋਵੇ ਵੀਰੇ ਮੀਟਰ ਦਾ ਕਹਿੰਦੇ ਸੀ ਹਾਲੇ ਕਰ ਦਿਓ ਵੀਰਾ ਚਿਰਾਕ ਮਹੀਨਾ 2 ਮਹੀਨੇ ਚੱਲ 3 ਮਹੀਨੇ ਬਚ ਗਏ 4 ਸਾਲ ਬਸ ਜਿਹੜਾ ਉਹ ਕਰਕੇ ਆਏ ਹੌਲੀ ਕਰਨ ਵਾਲਾ ਮੈਂ ਕਰ ਦੂ ਵੀਰੇ ਹੈ ਹੌਲੀ ਕਰਨ ਵਾਲਾ ਕੰਮ ਕਰੋ ਉਹ ਕੰਮ ਬਹੁਤ ਵਧੀਆ ਵੀਰੇ ਹੈ ਜਿਹੜਾ ਹੌਲੀ ਨਹੀਂ ਹੋ ਜਾਂਦਾ ਉਹ ਸਭ ਤੋਂ ਵਧੀਆ ਉਹੀ ਮੈਂ ਕਹਿੰਦਾ ਯਾਰ ਪਤਾ ਨਹੀਂ ਲੱਗਦਾ ਜਮੀ ਨਹੀਂ ਪਤਾ ਲੱਗਦਾ ਉਹਨੂੰ ਤਾਂ ਐਂ ਲੱਗੂ ਚਲ ਹੌਲੀ ਹੋਊਗਾ ਮਤਲਬ ਐਂ ਚੱਲੀ ਤਾਂ ਆਉਂਦਾ ਗਾ ਜਿੰਨਾ ਦੇ ਮੀਟਰ 'ਚ ਗੜਬੜੀ ਦਿੰਦੇ ਉਹਨਾਂ ਦਾ ਖੋਲਦੇ ਆ ਅਗਲੇ ਹੌਲੀ ਹੌਲੀ ਦਾ ਐਂ ਮਤਲਬ ਅਗਲੇ ਨੂੰ ਕੀ ਪਤਾ ਹੌਲੀ ਕੀਤਾ ਕਿਉਂ ਤਾਂ ਉਧਰ ਘੱਟ ਮਚਾਈ ਜਾਂਦੇ ਉਹਨਾਂ ਨੂੰ ਕੀ ਪਤਾ ਸਹੀ ਗੱਲ ਨਾ ਉਹਨਾਂ ਨੂੰ ਪਤਾ ਲੱਗੂ ਜਿੰਨਾ ਮੱਛੀ ਦਾ ਉਹਨਾਂ ਨੂੰ ਪਤਾ ਬਸ ਹਾਂ ਅਸੀਂ ਇੰਨਾ ਕੁਛ ਲਈ ਨਹੀਂ ਤਾਂ ਵੀ ਉਹ ਵੀ ਘਰੇ ਆ ਕੇ ਕੇ ਚੈੱਕ ਕਰਨਗੇ ਸਹੀ ਗੱਲ ਕਹਿੰਦਾ ਕਿਹਦਾ ਮੈਟਰ ਚੈੱਕ ਕਰਨਗੇ ਸਹੀ ਗੱਲ ਬਾਹਰ ਉਹ ਤਾਂ ਨਹੀਂ ਖੜੇ ਗਏ ਚੂੜੇ ਜੇ ਫੇਰ ਆ ਗਏ
ਇਹ ਵੀ ਸਾਇੰਸ ਹੀ ਹੈ, ਬਹੁਤ ਸਾਰੀ ਹੈ। ਪਹਿਲਾਂ ਸੋਚ ਵੱਖਰਾ ਕੀ ਕਰ ਸਕਦਾ, ਕੀ ਕੀਤਾ ਜਾਣਾ ਚਾਹੀਦਾ ਵੱਖਰਾ, ਫੇਰ ਸੋਚੀ ਜਿਸਦਾ ਦੇਸ਼ ਦਾ ਭਲਾ ਹੋਵੇ। ਬਿਜਲੀ ਦੇ ਬਿੱਲ ਮਾਫ ਕਰਾਵਾਂਗੇ ਨਹੀਂ, ਪਰ ਲੋਕਾਂ ਦਾ ਭਲਾ, ਦੇਸ਼ ਦਾ ਭਲਾ ਨਹੀਂ ਗਾ ਜੇ ਦੇਸ਼ ਵਧੂਗਾ ਉਹ ਸਮਾਜ ਸੇਵਾ। ਜੇ ਕੋਈ ਪੁੱਛੇ ਆਪਾਂ ਨੂੰ ਤੁਸੀਂ ਕੀ ਕਰਦੇ ਹੋ, ਸਮਾਜ ਸੇਵਾ ਯਾਰ ਕਰਾਉਣੀ ਆ ਦੱਸ। ਇਹਦੀ ਕਰਦੀਏ ਸਮਾਜ ਸੇਵਾ, ਦੂਰੀ ਨਹੀਂ ਦੂਰ ਹੀ ਰੱਖ, ਦੂਰ ਰੱਖ ਕੇ ਕਰ। ਕੱਲ ਤੂੰ ਬਣਾਈਆਂ ਤੇ ਵਿੱਚ ਉਂਗਲਾਂ ਆਈਆਂ ਹਨ ਤੇਰੀਆਂ ਅੱਧੀਆਂ ਤਾਂ ਇੱਥੇ ਰੱਖ ਲਾ ਦੋਸਤੋ। ਇਹ 2 ਮਿੰਟ ਕਾ ਟਾਈਮਰ ਲਗਾਇਆ ਹਮਨੇ, ਇਹ ਔਨ ਆਫ ਟਾਈਮਰ ਹੈ, ਇਸਕੇ ਸਾਥ ਆਪ ਲਾਈਟ ਕੋ ਔਨ ਔਰ ਆਫ ਕਰ ਸਕਤੇ ਹੋ ਆਪਣੇ ਟਾਈਮ ਕੇ ਹਿਸਾਬ ਸੇ, ਠੀਕ ਹੈ। ਤੋ ਹਮ ਟਾਈਮਰ ਔਨ ਕਰਤੇ ਤੇ ਇਸੇ ਟਾਈਮ ਐਡਜਸਟ ਹੋਤਾ ਹੈ। ਮੈਨੇ 2 ਮਿੰਟ ਕਾ ਔਨ ਕੀਆ ਹੈ ਔਰ 10 ਮਿੰਟ ਕਾ ਆਫ ਕੀਆ ਹੈ। 2 ਮਿੰਟ ਔਨ ਰਹੇਗਾ, 10 ਮਿੰਟ ਕੇ ਬਾਅਦ ਆਫ ਹੋ ਜਾਏਗਾ ਆਪਣੇ ਆਪ, ਔਰ ਫਿਰ 2 ਮਿੰਟ ਕੇ ਬਾਅਦ ਔਨ ਹੋ ਜਾਏਗਾ, ਠੀਕ ਹੈ। ਹਮ ਇਸੇ ਔਨ ਕਰਤੇ ਹੈ, ਇਹ ਬੱਲਬ ਜਗੇਗਾ, ਇਹ ਤਾਰੇ ਲੱਗੀ ਹੋਈ ਹੈ, ਸੀਰੀਜ਼ ਮਿਲ ਰਿਹਾ ਹੈ। ਇਹ ਔਨ ਹੋ ਗਿਆ, ਅਭੀ 2 ਮਿੰਟ ਕੇ ਬਾਅਦ ਇਹ ਬੰਦ ਹੋ ਜਾਏਗਾ। हम इसको पोल्ट्री फार्म में फिट करने जा रहे हैं। अगर आपको देखना है कि हम इसे पोल्ट्री फार्म में कैसे फिट करते हैं इस बॉक्स में पैक करने के बाद, तो आप हमारा दूसरा चैनल उसको सब्सक्राइब कर सकते हैं, जिसका नाम है
ACs and Electrical Education के नाम से है, उसका लिंक मैं नीचे डिस्क्रिप्शन में दे दूंगा, उसको सब्सक्राइब कर लीजिए और उस पर देख लीजिए कि कैसे हम इसको पोल्ट्री फार्म में इंस्टॉल करेंगे जाके, ठीक है। और इस चैनल को ज़्यादा से ज़्यादा शेयर कर दीजिए और सब्सक्राइब कर दीजिए। अगर आपको कुछ समझ नहीं आ रहा तो मुझे नीचे कमेंट कर दीजिए, मैं उसका रिप्लाई जरूर करूँगा। अभी 2 मिनट हो चुके हैं, ये ऑफ हो चुका है।